आप फ्रंटलाइन न्यूज़ से तुहाडा स्रोते का स्वागत है। मैं विनोद कक्कड़ इस वेले बहुत वड्डी अपडेट लेके पेश होया। इस यह अपडेट लॉरेंस बिश्नोई गैंग नाल संबंधित है। जिला पुलिस वालों गैंगस्टर विरुद्ध चलाई जा रही विशेष मुहिम तहत लॉरेंस बिश्नोई गैंग नाल संबंधित चार दोषियों को गिरफ्तार कर लिया गया है, जिन्हों को एक पिस्तल, एक मैगजीन, 22 जिंदा कारतूस बरामद किए गए, जबकि एक दोषी भजन कामयाब होया है। दोषियों माणयोग अदालत में पेश कर उपरंत 2 दिन का पुलिस रिमांड भी हासिल किया गया है। आओ सुनते हैं SSP की विशेष प्रेस कॉन्फ्रेंस। गैंगस्टर्स के खिलाफ चलाया जा रहा है, वो SPD साहब की परसनल सुपरवीजन एक इंचार्ज CIA की टीम एक बड़ी कामयाबी मिली है। ये आप हूँ तक 4 लोगों को फड़न कामयाब हुए हैं। ये एक गैंग बना के 5 लोग जो है कि साढ़े रोपड़ एरिए कुछ वारदात करने की फिराक के जो लोग है ये पहले भी इन्होंने उपर परचे दर्ज ने, पुरानी इनकी क्रिमिनल हिस्टरी है। ਇਹ ਇੱਕ ਕੇਸ ਦੇ ਵਿੱਚ 307 ਦੇ ਕੇਸ ਦੇ ਵਿੱਚ ਵਾਂਟਡ ਹੈਗੇ ਨੇ। ਕੂਕਲਾ ਥਾਣੇ ਦਾ ਉਹ FIR ਹੈਗੀ ਹੈ ਅਤੇ ਉੱਥੋਂ ਇਹ ਭਗੌੜੇ ਸਨ। ਇਹਨਾਂ ਦੇ ਕੋਲੋਂ ਹੁਣ ਤੱਕ 4 ਲੋਕ ਜਿਹੜੇ ਅਰੈਸਟ ਹੋਏ ਨੇ। ਇਹਨਾਂ ਦੇ ਕੋਲੋਂ ਸਾਡੇ ਕੋਲ 2 ਪਿਸਤੌਲ ਬਰਾਮਦ ਹੋਏ ਨੇ, 32 ਬੋਰ ਦੇ ਨਾਲ 20 ਗੋਲੀਆਂ ਬਰਾਮਦ ਹੋਈਆਂ ਨੇ ਅਤੇ ਇਸ ਤੋਂ ਇਲਾਵਾ 1 ਦੇਸੀ ਕੱਟਾ 315 ਬੋਰ ਦਾ ਅਤੇ ਨਾਲ 2 ਗੋਲੀਆਂ 315 ਬੋਰ ਦੀਆਂ ਬਰਾਮਦ ਹੋਈਆਂ ਨੇ। ਇਸ ਤੋਂ ਇਲਾਵਾ ਇਹਨਾਂ ਦੇ ਕੋਲੋਂ ਹੋਰ ਵੀ ਜਿਹੜੇ ਮਾਰੂ ਹਥਿਆਰ ਨੇ ਜਿਵੇਂ ਕਿ ਤਲਵਾਰਾਂ ਅਤੇ ਰੋਡਜ਼, ਉਹ ਹੁਣ ਤੱਕ ਸਾਨੂੰ ਮਿਲੀਆਂ ਨੇ ਅਤੇ ਇਹਨਾਂ ਦਾ ਇੱਕ ਸਾਥੀ ਜਿਹੜਾ ਹੈਗਾ ਅਜੇ ਭਗੌੜਾ ਹੈ। ਸਾਡੇ ਵੱਲੋਂ ਕੋਸ਼ਿਸ਼ ਹੈ ਵੀ ਜਲਦੀ ਜਲਦੀ ਉਹਨੂੰ ਵੀ ਫੜ ਕੇ ਆਪਾਂ ਜਿਹੜਾ ਹੈਗਾ ਇਸ ਓਪਰੇਸ਼ਨ ਨੂੰ ਕੰਪਲੀਟ ਕਰੀਏ। ਇਹ ਜਦ ਤੋਂ ਪਕੌੜੇ ਸਨ ਉਸ ਤੋਂ ਬਾਅਦ ਇਹ ਕਾਫੀ ਸਮੇਂ ਤੋਂ ਡਰੱਗਸ ਸਪਲਾਈ ਕਰਦੇ ਪਏ ਨੇ ਆਪਣੇ ਟ੍ਰਾਈਸਿਟੀ ਏਰੀਆ ਦੇ ਵਿੱਚ। ਉਸ ਦੇ ਵਿੱਚ ਵੀ ਆਪਾਂ ਤਫਤੀਸ਼, ਇਹਨਾਂ ਦੀ ਰਿਮਾਂਡ ਲੈ ਕੇ ਆਪਾਂ ਤਫਤੀਸ਼ ਕਰ ਰਹੇ ਹਾਂ ਅਤੇ ਸਾਨੂੰ ਉਮੀਦ ਹੈ ਵੀ ਸਾਨੂੰ ਜਲਦੀ ਹੋਰ ਵੀ ਖੁਲਾਸੇ ਦੇ ਵਿੱਚ ਹੋਣ। ਕਿਹੜੇ ਗੈਂਗ ਨਾਲ ਸੰਬੰਧਿਤ? ਹੁਣ ਤੱਕ ਦੀ ਤਫਤੀਸ਼ ਵਿੱਚ ਇਹ ਲਾਰੈਂਸ ਬਿਸ਼ਨੋਈ ਗੈਂਗ ਦੇ ਨਾਲ ਐਸੋਸੀਏਸ਼ਨ ਹੋਈ ਸਾਨੂੰ ਮਿਲਦੀ। ਇਹ ਬਹੁਤ ਹੀ ਅਰਲੀ ਸਟੇਜ ਹੈ ਇਸ ਬਾਰੇ ਕਮੈਂਟ ਕਰਨ ਦੇ ਲਈ, ਕਿਉਂਕਿ ਜਿਵੇਂ ਕੱਲ੍ਹ ਅਸੀਂ ਰਿਮਾਂਡ ਲਿੱਤੀ ਇਹਨਾਂ ਦੀ, ਸਾਨੂੰ ਉਮੀਦ ਹੈ ਸਾਨੂੰ ਹੋਰ ਵੀ ਇਹਦੇ ਵਿੱਚ ਕਾਫੀ ਖੁਲਾਸੇ ਹੋਣਗੇ। ਇਹ ਜਿਹੜੇ ਲੋਕ ਹੈਗੇ ਨੇ ਇਹਨਾਂ ਦੀ ਯੂਜਲੀ ਇਹਨਾਂ ਨੂੰ ਇਸਤੇਮਾਲ ਕੀਤਾ ਜਾਂਦਾ ਹੈਗਾ ਕਿਸੇ ਨੂੰ ਕੋਈ ਡਰਾਉਣ ਧਮਕਾਉਣ ਦੇ ਲਈ, ਅਤੇ ਇਸ ਤਰ੍ਹਾਂ ਦੀ ਚੀਜ਼ਾਂ ਦੇ ਵਿੱਚ ਪਹਿਲੇ ਵੀ ਇਨਵੋਲਵ ਰਹੇ ਨੇ। ਇਹ ਲੋਕਲ ਕੇਸ ਏਰੀਏ 'ਚ ਰੁਕੇ ਹੋਏ ਸੀ ਅਤੇ ਹੋਰ ਵੀ ਕੋਈ ਇਹਨਾਂ ਨਾਲ ਹੈ ਬੰਦੇ ਜਿਹੜੇ ਵੀ ਇਹਦੇ ਨਾਲ? ਸਰ, ਕਿਹੜੇ ਕਿਹੜੇ ਬੰਦੇ ਜਿੱਥੇ ਇਹ ਲੁਕੇ ਹੋਏ ਸੀ, ਕਿਹੜੇ ਕਿਹੜੇ ਬੰਦਿਆਂ ਵੱਲੋਂ ਇਹਨਾਂ ਦੀ ਮਦਦ ਕੀਤੀ ਜਾ ਰਹੀ ਸੀ, ਕਿ ਉਹਨਾਂ 'ਤੇ ਵੀ ਸ਼ਿਕੰਜਾ ਕਸਿਆ ਜਾ ਰਿਹਾ? ਇਹ ਮੋਰਿੰਡਾ ਦੇ ਏਰੀਆ ਦੇ ਵਿੱਚ ਰੁਕੇ ਹੋਏ ਸਨ ਅਤੇ ਆਪਾਂ ਇਹ ਵੇਰੀਫਾਈ ਕਰ ਰਹੇ ਹੈਗੇ ਵੀ ਇਹ ਕਿਸ ਤਰੀਕੇ ਨਾਲ ਇਹਨਾਂ ਨੂੰ ਉੱਥੇ ਠਹਿਰ ਦਿੱਤੀ ਹੋਈ ਸੀ, ਕਿ ਇਹ ਕਿਰਾਏਦਾਰ ਬਣ ਕੇ ਰਹਿ ਰਹੇ ਸਨ ਅਤੇ ਕਿਆ ਇਹਨਾਂ ਦੀ ਪੁਲਿਸ ਵੇਰੀਫਿਕੇਸ਼ਨ ਕਰਵਾਈ ਗਈ ਸੀ ਜਾਂ ਨਹੀਂ ਗਈ ਸੀ, ਉਹਦੇ ਉੱਪਰ ਵੱਖਰੀ ਕਾਰਵਾਈ ਜਿਹੜੀ ਹੈ ਕੀਤੀ ਜਾਵੇਗੀ। ਥੈਂਕ ਯੂ।